ਸਿੱਧੂ ਮੂਸੇਵਾਲਾ ਕਤਲ ਕਰਨ ਦੇ ਵਿੱਚ ਬਹੁਤ ਸਾਰੇ ਨਾਮ ਸਾਹਮਣੇ ਆਏ ਸੀ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੇ ਵਿੱਚ, ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਗੋਲਡੀ ਬਰਾੜ, ਹੋਰ ਬਹੁਤ ਸਾਰੇ ਨਾਮ ਸੀਗੇ। ਪਰ ਹੁਣ ਲਾਰੈਂਸ ਬਿਸ਼ਨੋਈ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਖੁਦ ਨੂੰ ਬੇਕਸੂਰ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਮਾਨਸਾ ਅਦਾਲਤ ਦੇ ਵਿੱਚ ਜਿਹੜੀ ਉਸਨੇ ਅਰਜ਼ੀ ਲਾਈ ਸੀ, ਜਿਹੜੇ ਤੱਥ ਰੱਖੇ ਸੀ, ਉਹ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਲਾਰੈਂਸ ਬਿਸ਼ਨੋਈ ਕਹਿ ਰਿਹਾ ਕਿ ਉਸਨੇ ਸਿੱਧੂ ਮੂਸੇਵਾਲਾ ਨੂੰ ਨਹੀਂ ਮਾਰਿਆ, ਉਸ ਨੂੰ ਗਲਤ ਢੰਗ ਨਾਲ ਫਸਾਇਆ ਜਾ ਰਿਹਾ। ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਇਹਨੀਂ ਦਿਨੀ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਉਸਨੇ ਆਪਣੇ ਵਕੀਲ ਦੇ ਰਾਹੀਂ ਇਹ ਅਰਜ਼ੀ ਜਿਹੜੀ ਹੈ ਮਾਨਸਾ ਅਦਾਲਤ ਵਿੱਚ ਲਾਈ ਹੈ। ਤਾਂ ਮਾਨਸਾ ਅਦਾਲਤ ਨੇ ਦੋਸ਼ ਤੈਅ ਕਰਨੇ ਸੀ, ਪਰ ਉਸ ਤੋਂ ਪਹਿਲਾਂ ਜਿਹੜੀ ਅਰਜ਼ੀ ਹੈ ਉਹ ਲਾਈ ਗਈ ਹੈ ਲਾਰੈਂਸ ਬਿਸ਼ਨੋਈ ਦੇ ਵੱਲੋਂ, ਜੋ ਸਾਬਰਮਤੀ ਜੇਲ੍ਹ 'ਚ ਬੰਦ ਹੈ ਗੁਜਰਾਤ ਦੇ ਵਿੱਚ, ਜਿਸ ਦੇ ਵਿੱਚ ਉਸਨੇ ਲਿਖਿਆ ਹੈ ਕਿ ਜਿਹੜੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬਲਕੌਰ ਸਿੰਘ, ਸਨ ਆਫ ਬਲਦੇਵ ਸਿੰਘ, ਜਿਹੜੇ ਪਿੰਡ ਮੂਸੇਵਾਲਾ ਦੇ ਰਹਿਣ ਵਾਲੇ ਨੇ, ਅਤੇ ਉਹਨਾਂ ਨੇ ਇੱਕ ਕੰਪਲੇਂਟ ਦਰਜ ਕਰਵਾਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਾਰ ਅਣਪਛਾਤੇ ਲੋਕ ਕਰੋਲਾ ਗੱਡੀ ਦੇ ਵਿੱਚ ਅਤੇ ਚਾਰ ਅਣਪਛਾਤੇ ਲੋਕ ਬਲੈਰੋ ਗੱਡੀ ਦੇ ਵਿੱਚ ਆਉਂਦੇ ਨੇ, ਅਤੇ ਥਾਰ ਦੇ ਵਿੱਚ ਸਿੱਧੂ ਮੂਸੇਵਾਲਾ ਜਾ ਰਿਹਾ ਹੁੰਦਾ, ਜਵਾਹਰ ਕੇ ਦੇ ਕੋਲ 5:15 ਦੇ ਵਿਚਾਲੇ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ। ਤਾਂ ਇਸ ਦੌਰਾਨ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ, ਉਹ ਵੀ ਜਿਹੜਾ ਸਿੱਧੂ ਮੂਸੇਵਾਲਾ ਦੇ ਨਾਲ ਹੁੰਦਾ ਏ, ਉਹ ਵੀ ਉੱਥੇ ਜ਼ਖਮੀ ਹੋ ਜਾਂਦੇ ਨੇ ਅਤੇ ਜਿਹੜੇ ਅਣਪਛਾਤੇ ਹਮਲਾਵਰ ਹੁੰਦੇ ਨੇ ਉਹ ਬਰਨਾਲਾ ਵੱਲ ਨੂੰ ਫਰਾਰ ਹੋ ਜਾਂਦੇ ਨੇ। ਇਹ ਜਿਹੜੀ ਕੰਪਲੇਂਟ ਹੈ ਇਹ ਬਲਕੌਰ ਸਿੰਘ ਦੇ ਵੱਲੋਂ ਜਿਹੜੀ ਲਿਖਾਈ ਗਈ ਸੀ, ਉਸ ਦੇ ਵਿੱਚ ਉਹਨਾਂ ਇਹ ਵੀ ਦੱਸਿਆ ਕਿ ਜਿਹੜਾ ਸਿੱਧੂ ਮੂਸੇਵਾਲਾ ਇੱਕ ਪੰਜਾਬੀ ਸਿੰਗਰ ਹੈ, ਪਾਪੂਲਰ ਪੰਜਾਬੀ ਸਿੰਗਰ ਹੈ, ਅਤੇ ਉਹਨੇ ਹਾਲ ਹੀ ਦੇ ਵਿੱਚ ਵਿਧਾਨ ਸਭਾ ਚੋਣਾਂ ਵੀ ਲੜੀਆਂ ਸੀਗੀਆਂ ਕਾਂਗਰਸ ਦੇ ਵੱਲੋਂ, ਅਤੇ ਉਸ ਨੂੰ ਬਹੁਤ ਸਾਰੀਆਂ ਜਿਹੜੀਆਂ ਧਮਕੀਆਂ, ਥ੍ਰੈਟਸ ਆਉਂਦੇ ਰਹਿੰਦੇ ਸੀ ਗੈਂਗਸਟਰ ਗਰੁੱਪ ਦੇ ਵੱਲੋਂ, ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਦਾ ਨਾਮ ਵੀ ਸ਼ਾਮਲ ਸੀ, ਅਤੇ ਉਸ ਤੋਂ ਫਿਰੌਤੀ ਦੀ ਮੰਗ ਕੀਤੀ ਜਾਂਦੀ ਸੀ, ਅਤੇ ਇਸ ਕਰਕੇ ਜਿਹੜੇ ਗੈਂਗਸਟਰ ਗਰੁੱਪ ਨੇ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਸਾਜਿਸ਼ ਰਚ ਕੇ। ਤਾਂ ਹੁਣ ਇਸ ਦੇ ਵਿੱਚ ਲਾਰੈਂਸ ਬਿਸ਼ਨੋਈ ਕੀ ਕਹਿ ਰਿਹਾ ਹੈ, ਲਾਰੈਂਸ ਬਿਸ਼ਨੋਈ ਦਾ ਕਹਿਣਾ ਹੈ ਕਿ ਜਿਹੜੇ ਇਹ ਉਸ 'ਤੇ ਇਲਜ਼ਾਮ ਲੱਗੇ ਨੇ ਉਹ ਗਲਤ ਨੇ, ਕਿਉਂਕਿ ਜਿਸ ਵੇਲੇ ਇਹ ਘਟਨਾ ਵਾਪਰਦੀ ਹੈ, ਜਿਸ ਵੇਲੇ ਇਹ ਵਾਰਦਾਤ ਵਾਪਰਦੀ ਹੈ, ਜਿਸ ਵੇਲੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਜਾਂਦਾ ਹੈ, ਤਾਂ ਉਸ ਵੇਲੇ ਜਿਹੜਾ ਐਪਲੀਕੈਂਟ ਹੈ ਭਾਵ ਕਿ ਲਾਰੈਂਸ ਬਿਸ਼ਨੋਈ ਹੈ ਉਹ ਆਲਰੇਡੀ ਜੇਲ੍ਹ ਦੇ ਵਿੱਚ ਸੀਗਾ। ਜਿਸ ਤਰੀਕ ਨੂੰ 29 ਮਈ ਨੂੰ ਮਰਡਰ ਹੋਇਆ ਉਸ ਤਰੀਕ ਨੂੰ ਵੀ ਜਿਹੜਾ ਲਾਰੈਂਸ ਬਿਸ਼ਨੋਈ ਹੈ ਉਹ ਜੇਲ੍ਹ ਦੇ ਵਿੱਚ ਸੀ। ਅਤੇ ਅਗਲੀ ਗੱਲ ਜਿਹੜੀ ਲਿਖੀ ਗਈ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਹੈ, ਲਾਰੈਂਸ ਬਿਸ਼ਨੋਈ ਨੇ ਕਿਹਾ ਹੈ ਕਿ ਨਾ ਤਾਂ ਉਹ ਮੂਸੇਵਾਲਾ ਪਿੰਡ ਦਾ ਰਹਿਣ ਵਾਲਾ, ਨਾ ਮੂਸੇਵਾਲਾ ਉਸਦਾ ਫਰੈਂਡ ਸੀ ਸਿੱਧੂ, ਅਤੇ ਕੋਈ ਉਸਦੇ ਨਾਲ ਲੇਗਾ ਦੇਗਾ ਨਹੀਂ ਸੀ, ਕੋਈ ਰਿਕਾਰਡ ਇਸ ਤਰ੍ਹਾਂ ਦਾ ਨਹੀਂ ਹੈ ਕਿ ਸਿੱਧੂ ਮੂਸੇਵਾਲਾ ਤੋਂ ਲਾਰੈਂਸ ਬਿਸ਼ਨੋਈ ਨੇ ਕਦੇ ਫਿਰੌਤੀ ਦੀ ਮੰਗ ਕੀਤੀ ਹੋਵੇ। ਇਹ ਵੀ ਜਿਹੜੀ ਗੱਲ ਹੈ ਇਸ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਵੱਲੋਂ ਕੋਟ ਕੀਤੀ ਗਈ ਹੈ ਕਿ ਜੇਕਰ ਸਿੱਧੂ ਮੂਸੇਵਾਲਾ ਤੋਂ ਅਸੀਂ ਕਦੇ ਫਿਰੌਤੀ ਮੰਗੀ ਹੁੰਦੀ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ, ਤਾਂ ਸਿੱਧੂ ਮੂਸੇਵਾਲਾ ਨੇ ਇਸ ਸੰਬੰਧੀ ਅੱਜ ਤੱਕ ਕੋਈ ਵੀ ਕੰਪਲੇਂਟ ਜਿਹੜੀ ਆ ਉਹ ਪੁਲਿਸ ਕੋਲ ਦਰਜ ਨਹੀਂ ਕਰਵਾਈ ਹੈਗੀ। ਤਾਂ ਇਸ ਕਰਕੇ ਜਿਹੜੇ ਸਿੱਧੂ ਮੂਸੇਵਾਲਾ ਅਤੇ ਪਿਤਾ ਵੱਲੋਂ ਇਲਜ਼ਾਮ ਲਾਏ ਗਏ ਨੇ ਬਿਸ਼ਨੋਈ ਗਰੁੱਪ 'ਤੇ ਉਹ ਗਲਤ ਨੇ। ਅੱਗੇ ਕੀ ਲਿਖਦੇ ਨੇ, ਜਿਹੜੀ ਅਰਜ਼ੀ ਲਾਈ ਗਈ ਆ ਉਸ ਦੇ ਵਿੱਚ ਇਹ ਲਿਖਿਆ ਗਿਆ ਕਿ ਜਦੋਂ ਇਹ ਵਾਰਦਾਤ ਵਾਪਰਦੀ ਹੈ, ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਜਾਂਦਾ ਹੈ, ਤਾਂ ਫਿਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਜੇਲ੍ਹ ਦੇ ਵਿੱਚੋਂ ਹੀ ਲਿਆਂਦਾ ਜਾਂਦਾ, ਜਿੱਥੇ ਕੋਈ ਵੀ ਮੋਬਾਈਲ ਫੋਨ ਜਿਹੜਾ ਹੈ ਉਹ ਨਹੀਂ ਰਿਕਵਰ ਹੋਇਆ ਹੈਗਾ। ਜੇਕਰ ਰਿਕਵਰ ਹੋਇਆ ਹੁੰਦਾ ਤਾਂ ਫਿਰ ਜੇਲ੍ਹ ਵਾਲੇ ਜਿਹੜੇ ਲੋਕ ਨੇ, ਜਿਹੜੇ ਅਫੀਸ਼ੀਅਲਸ ਨੇ, ਉਹਨਾਂ ਨੂੰ ਪਤਾ ਹੋਣਾ ਸੀ। ਤਾਂ ਇਸ ਤਰ੍ਹਾਂ ਦਾ ਕੋਈ ਵੀ ਕੇਸ ਜਿਹੜਾ ਹੈ ਉਸ ਦੌਰਾਨ ਦਾ ਨਹੀਂ ਕਿ ਲਾਰੈਂਸ ਬਿਸ਼ਨੋਈ ਤੋਂ ਕੋਈ ਫੋਨ ਮਿਲਿਆ ਹੋਵੇ। ਅੱਗੇ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜੀ ਰੇਕੀ ਕਰਵਾਈ ਗਈ ਹੈ ਸਿੱਧੂ ਮੂਸੇਵਾਲਾ ਦੀ, ਇਹ ਕਿਹਾ ਗਿਆ ਕਿ ਮਨਮੋਹਨ ਸਿੰਘ ਕੋਲੋਂ ਕਰਵਾਈ ਗਈ ਸੀ,
ਅਤੇ ਮਨਮੋਹਨ ਸਿੰਘ ਦੇ ਘਰ ਹੀ ਸ਼ੂਟਰਾਂ ਨੂੰ ਠਹਿਰਾਇਆ ਗਿਆ ਸੀ। ਤੇ ਇਹ ਵੀ ਗੱਲ ਆਖੀ ਗਈ ਆ ਲਾਰੈਂਸ ਬਿਸ਼ਨੋਈ ਦੇ ਵੱਲੋਂ ਕਿ ਉਹ ਕਦੇ ਵੀ ਮਨਮੋਹਨ ਸਿੰਘ ਦੇ ਨਾਲ ਟੱਚ ਦੇ ਵਿੱਚ ਨਹੀਂ ਆਇਆ, ਮਨਮੋਹਨ ਸਿੰਘ ਅਲਾਇਸ ਮੋਹਣਾ ਦੇ ਨਾਲ ਤੇ ਕਦੇ ਵੀ ਆਪਸ ਦੇ ਵਿੱਚ ਉਹਨਾਂ ਦੀ ਫੋਨ ਤੇ ਕੋਈ ਗੱਲ ਨਹੀਂ ਹੋਈ। ਜੇਕਰ ਲਾਰੈਂਸ ਬਿਸ਼ਨੋਈ ਅਤੇ ਮੋਹਨ ਸਿੰਘ ਮੋਹਣਾ ਦੀ ਆਪਸ ਦੇ ਵਿੱਚ ਗੱਲ ਹੁੰਦੀ ਤਾਂ ਫਿਰ ਦੋਹਾਂ ਦੀ ਕੋਈ ਕਾਲ ਰਿਕਾਰਡ ਸਾਹਮਣੇ ਆਈ, ਪੁਲਿਸ ਨੇ ਕੋਈ ਕਾਲ ਰਿਕਾਰਡ ਜਿਹੜੀ ਆ ਉਹ ਪੇਸ਼ ਨਹੀਂ ਕਰ ਸਕੀ। ਤਾਂ ਲੰਮੇ ਸਮੇਂ ਦੇ ਵਿੱਚ ਕੋਈ ਵੀ ਜਿਹੜਾ ਮੋਹਨ ਸਿੰਘ ਮੋਹਣਾ ਏ, ਜਿਸ ਤੋਂ ਰੇਕੀ ਕਰਵਾਈ ਗਈ ਤੇ ਜਿਸ ਦੇ ਘਰ ਦੇ ਵਿੱਚ ਇਹ ਕਿਹਾ ਗਿਆ ਕਿ ਬੰਦੇ ਜਿਹੜੇ ਨੇ ਕਾਤਲ ਜਿਹੜੇ ਨੇ ਜਾਂ ਜਿਹੜੇ ਹਮਲਾਵਰ ਨੇ ਉਹ ਠਹਿਰਾਏ ਗਏ, ਉਹਦੇ ਨਾਲ ਵੀ ਲਾਰੈਂਸ ਬਿਸ਼ਨੋਈ ਦਾ ਕੋਈ ਸੰਬੰਧ ਨਹੀਂ ਹੈਗਾ। ਲਾਰੈਂਸ ਦਾ ਕਹਿਣਾ ਹੈ ਕਿ ਆਪਸ ਦੇ ਵਿੱਚ ਕਦੇ ਸਾਡੀ ਕੋਈ ਗੱਲ ਹੋਈ ਨਹੀਂ, ਜੇਕਰ ਕੋਈ ਗੱਲ ਹੋਈ ਹੁੰਦੀ ਤਾਂ ਪੁਲਿਸ ਕੋਲੇ ਕਾਲ ਰਿਕਾਰਡ ਹੁੰਦਾ। ਅੱਗੇ ਕੀ ਕਿਹਾ ਗਿਆ ਹੈ ਕਿ ਕੋਈ ਵੀ ਐਵੀਡੈਂਸ ਹੈ ਜਿਹੜਾ ਉਹ ਨਹੀਂ ਹੈਗਾ, ਇਸ ਕਰਕੇ ਜਿਹੜੇ ਚਾਰਜਿਸ ਫਰੇਮ ਕੀਤੇ ਜਾਣੇ ਨੇ ਲਾਰੈਂਸ ਬਿਸ਼ਨੋਈ ਦੇ ਖਿਲਾਫ, ਜਾਣੀ ਕਿ ਉਹ ਖੁਦ ਨੂੰ ਐਪਲੀਕੈਂਟ ਇਸ ਦੇ ਵਿੱਚ, ਤਾਂ ਉਹ ਕੋਈ ਵੀ ਡਾਇਰੈਕਟ ਐਵੀਡੈਂਸ, ਕੋਈ ਵੀ ਡਾਇਰੈਕਟ ਸਬੂਤ ਨਹੀਂ ਹੈਗਾ ਲਾਰੈਂਸ ਬਿਸ਼ਨੋਈ ਦੇ ਖਿਲਾਫ। ਇਹ ਗੱਲ ਜਿਹੜੀ ਹੈ ਇਸ ਅਰਜ਼ੀ ਦੇ ਵਿੱਚ ਕਹੀ ਗਈ ਹੈ ਕਿ ਸਿੱਧੂ ਮੂਸੇਵਾਲਾ ਦੀ ਜਿਹੜੀ ਕੌਨਸਪਿਰੇਸੀ ਰਚੀ ਗਈ, ਉਹਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ। ਇਹ ਕਿਹਾ ਗਿਆ ਕਿ ਜਿਹੜੇ ਸਿੱਧੂ ਲਾਰੈਂਸ ਬਿਸ਼ਨੋਈ ਗਰੁੱਪ ਹੈ, ਗੈਂਗ ਹੈ, ਉਹਦੇ ਵੱਲੋਂ ਮਾਰਿਆ ਗਿਆ। ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਇਸ ਕਰਕੇ ਲਾਰੈਂਸ ਬਿਸ਼ਨੋਈ ਨੇ ਕਿਹਾ ਹੈ ਕਿ ਉਸ ਨੂੰ ਡਿਸਚਾਰਜ ਕੀਤਾ ਜਾਵੇ ਇਸ ਕੇਸ ਦੇ ਵਿੱਚੋਂ, ਫਾਰਗ ਕੀਤਾ ਜਾਵੇ ਇਸ ਕੇਸ ਦੇ ਵਿੱਚੋਂ, ਇਸ ਕੇਸ ਦੇ ਵਿੱਚ ਉਸ ਨੂੰ ਦੋਸ਼ ਜਿਹੜੇ ਨੇ ਉਸ 'ਤੇ ਤੈਅ ਨਾ ਕੀਤੇ ਜਾਣ। ਤਾਂ ਦੱਸ ਦਈਏ ਕਿ ਇਹ ਕਾਫੀ ਹੁਣ ਕੇਸ ਜਿਹੜਾ ਹੈ ਇਹ ਗੁੰਝਲਦਾਰ ਹੋ ਗਿਆ ਹੈ। ਚਾਰਜਸ਼ੀਟ ਪੇਸ਼ ਕਰ ਦਿੱਤੀ ਸੀਗੀ, ਹਾਲਾਂਕਿ ਬਹੁਤ ਸਾਰੇ ਜਿਹੜੇ ਸੋਸ਼ਲ ਪਲੇਟਫਾਰਮਸ ਨੇ, ਸੋਸ਼ਲ ਮੀਡੀਆ ਗਰੁੱਪਸ ਨੇ, ਉਹਨਾਂ ਦੇ ਵਿੱਚ ਕੁਝ ਪੋਸਟਾਂ ਜਿਹੜੀਆਂ ਨੇ ਉਹ ਵੀ ਵਾਇਰਲ ਹੋਈਆਂ ਸੀ, ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਕਿਹਾ ਗਿਆ ਸੀ ਕਿ ਹਾਂ ਅਸੀਂ ਮਾਰਿਆ ਸਿੱਧੂ ਮੂਸੇਵਾਲਾ। ਗੋਲਡੀ ਬਰਾੜ ਦੀਆਂ ਕੁਝ ਇੰਟਰਵਿਊਜ਼ ਆਈਆਂ ਸੀ, ਵਿੱਕੀ ਮਿੱਡੂ ਖੇੜੇ ਦੇ ਬਦਲਾ ਲੈਣ ਦੀ ਵੀ ਗੱਲ ਆਖੀ ਗਈ, ਈਵਨ ਕਿ ਲਾਰੈਂਸ ਬਿਸ਼ਨੋਈ ਦੀਆਂ ਵੀ ਇੰਟਰਵਿਊਜ਼ ਆਈਆਂ ਗਈਆਂ, ਆਈਆਂ ਪਿਛਲੇ ਸਮੇਂ ਦੇ ਵਿੱਚ, ਉਸ ਦੇ ਵਿੱਚ ਵੀ ਕਿਹਾ ਗਿਆ। ਅਤੇ ਇਹ ਹੁਣ ਜਿਹੜੀ ਗੱਲ ਅਗਲੀ ਗੱਲ ਹੈ ਜਿਹੜੀ ਇਹਦੇ ਵਿੱਚ ਇਹ ਅਰਜ਼ੀ ਲਾਈ ਗਈ ਹੈ ਮਾਨਸਾ ਅਦਾਲਤ ਵਿੱਚ, ਜਦੋਂ ਹੁਣ ਚਾਰਜਿਸ ਫਰੇਮ ਹੋਣੇ ਨੇ, ਦੋਸ਼ ਤੈਅ ਹੋਣੇ ਨੇ, ਉਸ ਤੋਂ ਬਾਅਦ ਅਗਲਾ ਕੇਸ ਚੱਲਣਾ। ਉਸ ਤੋਂ ਪਹਿਲਾਂ ਜੱਗੂ ਭਗਵਾਨਪੁਰੀਆ ਨੇ ਵੀ ਅਤੇ ਲਾਰੈਂਸ ਬਿਸ਼ਨੋਈ ਨੇ ਵੀ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਖੁਦ ਨੂੰ ਬੇਕਸੂਰ ਦੱਸ ਰਹੇ ਨੇ, ਵਾਰ ਵਾਰ ਕਹਿ ਰਹੇ ਨੇ ਕਿ ਸਾਡਾ ਸਿੱਧੂ ਮੂਸੇਵਾਲਾ ਨਾਲ ਕੋਈ ਸੰਬੰਧ ਨਹੀਂ ਸੀ, ਅਸੀਂ ਸਿੱਧੂ ਮੂਸੇਵਾਲਾ ਨੂੰ ਨਹੀਂ ਮਾਰਿਆ, ਅਸੀਂ ਬੇਕਸੂਰ ਹਾਂ। ਤਾਂ ਅਦਾਲਤ ਵਿੱਚ ਕਿਉਂਕਿ ਸਬੂਤਾਂ ਨੇ ਕੰਮ ਕਰਨਾ, ਹੁਣ ਪੁਲਿਸ ਕੋਲ ਕਿੰਨੇ ਕੁ ਸਬੂਤ ਨੇ, ਕਿੰਨੇ ਕੁ ਸਬੂਤ ਜੁਟਾਏ ਨੇ ਜਿਹੜੇ ਲਾਰੈਂਸ ਬਿਸ਼ਨੋਈ ਦੇ, ਗੋਲਡੀ ਬਰਾੜ ਦੇ, ਜੱਗੂ ਭਗਵਾਨਪੁਰੀਆ ਦੇ ਖਿਲਾਫ ਜਾਂਦੇ ਨੇ, ਇਹ ਦੇਖਣਾ ਹੋਏਗਾ। ਪਰ ਬਹੁਤ ਸਾਰੇ ਵੱਖ ਵੱਖ ਪਲੇਟਫਾਰਮਸ ਤੋਂ ਜਿਹੜੇ ਫੜੇ ਗਏ ਨੇ ਪਿਛਲੇ ਸਮੇਂ ਦੇ ਵਿੱਚ ਮੁਲਜ਼ਮ ਜਿਹੜੇ ਸਿੱਧੂ ਮੂਸੇਵਾਲਾ ਕੇਸ ਦੇ ਨਾਲ ਸੰਬੰਧਿਤ ਸਨ, ਉਹਨਾਂ ਦੇ ਬਿਆਨ ਜ਼ਰੂਰ ਸਾਹਮਣੇ ਆਏ ਕਿ ਲਾਰੈਂਸ ਬਿਸ਼ਨੋਈ ਅਤੇ ਜਿਹੜਾ ਸਿੱਧੂ ਮੂਸੇਵਾਲਾ ਆਪਸ ਦੇ ਵਿੱਚ ਫੋਨ 'ਤੇ ਪਹਿਲਾਂ ਮੈਸੇਜ ਵੀ ਹੁੰਦੇ ਸੀ ਅਤੇ ਫਿਰ ਇੱਕ ਟੂਰਨਾਮੈਂਟ ਜਿਹੜਾ ਲੱਕੀ ਪਟਿਆਲ ਦੇ ਵੱਲੋਂ ਭਾਗੋ ਮਾਜਰਾ ਦੇ ਵਿੱਚ ਕਰਾਇਆ ਗਿਆ ਸੀ, ਉਸ ਦੇ ਵਿੱਚ ਜਾਣ ਤੋਂ ਲਾਰੈਂਸ ਬਿਸ਼ਨੋਈ ਨੇ ਰੋਕਿਆ, ਸਿੱਧੂ ਮੂਸੇਵਾਲਾ ਉਸ ਟੂਰਨਾਮੈਂਟ 'ਚ ਚਲੇ ਗਿਆ ਅਤੇ ਆਪਸ ਦੇ ਵਿੱਚ ਗਾਲੀ ਗਲੋਚ ਹੋ ਗਏ। ਲਾਰੈਂਸ ਨੇ ਸਿੱਧੂ ਮੂਸੇਵਾਲਾ ਨੂੰ ਗਾਲ ਕੱਢੀ, ਸਿੱਧੂ ਮੂਸੇਵਾਲਾ ਨੇ ਲਾਰੈਂਸ ਨੂੰ, ਉਸ ਤੋਂ ਬਾਅਦ ਜਾਣੀ ਇਹ ਗੱਲਾਂ ਜਿਹੜੀਆਂ ਨੇ ਉਹ ਜਿਹੜੇ ਫੜੇ ਗਏ ਲੋਕ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਨੇ। ਪਰ ਜਿਹੜੀ ਹੁਣ ਅਰਜ਼ੀ ਲਾਈ ਗਈ ਆ ਉਸ ਦੇ ਵਿੱਚ ਸਾਫ਼ ਤੌਰ 'ਤੇ ਜਿਹੜਾ ਲਾਰੈਂਸ ਬਿਸ਼ਨੋਈ ਹੈ ਉਸ ਨੇ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਸਿੱਧੂ ਮੂਸੇਵਾਲਾ ਨੂੰ ਨਹੀਂ ਜਾਣਦਾ। ਇਹ ਵੀ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਨਾਲ ਮੇਰਾ ਕੋਈ ਸੰਬੰਧ ਨਹੀਂ ਸੀ, ਸਿੱਧੂ ਮੂਸੇਵਾਲਾ ਨੂੰ ਮੈਂ ਨਹੀਂ ਮਾਰਿਆ। ਜਿਹੜੇ ਪੁਲਿਸ ਦੇ ਵੱਲੋਂ ਬਲਕੌਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਜਿਹੜੀ ਐਫ ਆਈ ਆਰ ਦਰਜ ਕੀ ਗਈ ਹੈ ਉਸ ਨੂੰ ਵੀ ਚੈਲੰਜ ਕੀਤਾ ਗਿਆ ਕਿ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਬਲਕੌਰ ਸਿੰਘ ਨੇ ਦੱਸਿਆ ਸੀਗਾ ਕਿ ਕਰੋਲਾ 'ਤੇ ਜਿਹੜੀ ਇੱਕ ਬਲੈਰੋ ਗੱਡੀ ਆ ਉਸ ਦੇ ਵਿੱਚ ਆਏ ਸੀਗੇ ਹਮਲਾਵਰ ਅਤੇ ਸਿੱਧੂ ਮੂਸੇਵਾਲਾ
ਜਵਾਹਰ ਕੇ ਪਿੰਡ ਕੋਲੇ ਗਿਆ ਸੀ ਥਾਰ ਗੱਡੀ ਦੇ ਵਿੱਚ ਤੇ ਉਦੋਂ ਕਤਲ ਕਰਕੇ ਚਲੇ ਗਏ ਸੀ। ਇਹ ਵੀ ਗੱਲ ਲਾਰੈਂਸ ਨੇ ਆਖਿਆ ਕਿ ਜਦੋਂ ਇਹ ਕਤਲ ਹੁੰਦਾ ਤਾਂ ਉਹ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਜੇਲ੍ਹ ਦੇ ਵਿੱਚ ਉਸ ਕੋਲੇ ਕੋਈ ਫੋਨ ਨਹੀਂ ਸੀਗਾ, ਜੇ ਫੋਨ ਹੁੰਦਾ ਤਾਂ ਰਿਕਵਰ ਹੋ ਜਾਂਦਾ। ਜਿਹੜੀ ਇੱਕ ਗੱਲ ਹੋਰ ਖਾਸ ਕਹੀ ਗਈ ਹੈ ਕਿ ਜਿਹੜੀ ਰੇਕੀ ਹੈ ਮਨਮੋਹਨ ਸਿੰਘ ਮੋਹਣਾ ਤੋਂ ਕਰਾਈ ਗਈ ਹੈ, ਉਸ ਦੇ ਵਿੱਚ ਇਹ ਵੀ ਗੱਲ ਆਖੀ ਗਈ ਹੈ ਕਿ ਉਹਦੇ ਘਰ ਸ਼ੂਟਰਾਂ ਨੂੰ ਠਹਿਰਾਇਆ ਗਿਆ, ਮੋਹਣਾ ਦੇ ਘਰ ਦੇ ਵਿੱਚ ਪਲੈਨਿੰਗ ਜਿਹੜੀ ਆ ਉਹ ਕੀਤੀ ਗਈ। ਪਰ ਕੋਈ ਵੀ ਗੱਲ ਇਹ ਗੱਲ ਤੈਅ ਨਹੀਂ ਕਰਦੀ ਹੈਗੀ ਕਿ ਮਨਮੋਹਨ ਸਿੰਘ ਮੋਹਣਾ ਅਤੇ ਲਾਰੈਂਸ ਬਿਸ਼ਨੋਈ ਨੇ ਆਪਸ ਦੇ ਵਿੱਚ ਫੋਨ 'ਤੇ ਗੱਲਬਾਤ ਕੀਤੀ ਹੈ। ਜੇ ਲਾਰੈਂਸ ਬਿਸ਼ਨੋਈ ਨੇ ਮਨਮੋਹਨ ਸਿੰਘ ਉਰਫ ਮੋਹਣਾ ਨਾਲ ਗੱਲ ਕੀਤੀ ਹੁੰਦੀ ਤਾਂ ਫਿਰ ਕੀ ਮੋਹਣਾ ਦੀ ਕੋਈ ਕਾਲ ਰਿਕਾਰਡ ਪੁਲਿਸ ਕੋਲ ਹੈ ਜਿਹੜਾ ਲਾਰੈਂਸ ਬਿਸ਼ਨੋਈ ਨਾਲ ਗੱਲ ਕਰਦਾ ਸੀ? ਇਹ ਗੱਲ ਜਿਹੜੀ ਆਪਣੀ ਰੱਖਣ ਦੀ ਕੋਸ਼ਿਸ਼ ਕਰ ਰਿਹਾ ਲਾਰੈਂਸ ਬਿਸ਼ਨੋਈ ਅਤੇ ਇਸ ਮਾਮਲੇ ਦੇ ਵਿੱਚ ਮੰਗ ਕੀ ਕਰ ਰਿਹਾ ਲਾਰੈਂਸ ਬਿਸ਼ਨੋਈ ਕਿ ਉਸ ਨੂੰ ਇਸ ਕੇਸ ਤੋਂ ਫਾਰਗ ਕਰ ਦਿੱਤਾ ਜਾਵੇ, ਉਸ 'ਤੇ ਕੋਈ ਵੀ ਜਿਹੜਾ ਦੋਸ਼ ਹੈ ਉਹ ਤੈਅ ਨਾ ਕੀਤਾ ਜਾਵੇ। ਹਾਲਾਂਕਿ ਹੁਣ 5 ਜਨਵਰੀ ਨੂੰ ਅਗਲੀ ਸੁਣਵਾਈ ਹੋਣੀ ਹੈ, ਦੇਖਣਾ ਹੋਏਗਾ ਕਿ ਕਿਹੜੇ ਕਿਹੜੇ ਸਬੂਤ ਜਿਹੜੇ ਨੇ ਲਾਰੈਂਸ ਬਿਸ਼ਨੋਈ ਦੇ ਖਿਲਾਫ ਅਦਾਲਤ ਵਿੱਚ ਪੇਸ਼ ਕੀਤੇ ਜਾਂਦੇ ਨੇ, ਕਿਉਂਕਿ ਲਾਰੈਂਸ ਬਿਸ਼ਨੋਈ ਖੁਦ ਨੂੰ ਬੇਕਸੂਰ ਦੱਸ ਰਿਹਾ, ਬੇਗੁਨਾਹ ਦੱਸ ਰਿਹਾ ਅਤੇ ਕਿਹਾ ਉਸਦਾ ਇਹੀ ਹੈ ਕਿ ਉਸਨੇ ਇਹ ਕਤਲ ਨਹੀਂ ਕਰਵਾਇਆ ਅਤੇ ਉਹਦਾ ਜੇਲ੍ਹ ਦੇ ਵਿੱਚ ਬੰਦ ਸੀ, ਆਪਣੀ ਬੇਗੁਨਾਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਦੂਜੇ ਪਾਸੇ ਪੁਲਿਸ ਜਿਹੜੀ ਹੈ ਉਹ ਸਰਕਾਰੀ ਵਕੀਲ ਜਿਹੜੇ ਨੇ ਜਾਂ ਜਿਹੜੇ ਬਲਕੌਰ ਸਿੰਘ ਨੇ ਉਹ ਕਿਵੇਂ ਸਬੂਤ ਜਿਹੜੇ ਆਏ ਨੇ ਸਾਹਮਣੇ, ਕਿਉਂਕਿ ਇੱਕ ਕਾਲ ਵੀ ਰਿਕਾਰਡ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਲਾਰੈਂਸ ਨੂੰ ਫੋਨ ਲਾ ਕੇ ਦੱਸਿਆ ਗਿਆ ਕਿ ਅਸੀਂ ਸਿੱਧੂ ਮੂਸੇਵਾਲਾ ਨੂੰ ਮਾਰਤਾ ਕਿ ਗਿਆਨੀ ਮਾਰ ਦਿੱਤਾ, ਇਹ ਕਿਹਾ ਗਿਆ ਸੀ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਗਿਆਨੀ ਕਿਹਾ ਗਿਆ ਸੀ। ਪਰ ਇਹ ਜਿਹੜੇ ਪੋਸਟਾਂ ਵਾਇਰਲ ਹੋਈਆਂ, ਇੰਟਰਵਿਊਜ਼ ਹੋਈਆਂ, ਕੀ ਇਹ ਤੱਥ ਜਿਹੜੇ ਨੇ ਇਹ ਅਦਾਲਤ ਵਿੱਚ ਕੰਮ ਕਰਨਗੇ ਜਾਂ ਫਿਰ ਜਿਹੜੀ ਹੁਣ ਅਰਜ਼ੀ ਲਾਈ ਹੈ ਜਿਸ ਦੇ ਵਿੱਚ ਖੁਦ ਲਾਰੈਂਸ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਹੈ, ਇਹ ਜਿਹੜੀ ਹੈ ਉਹਦੇ ਵਿੱਚ ਕੇਸ ਕਮਜ਼ੋਰ ਕਰੇਗੀ, ਲਾਰੈਂਸ ਦੇ ਖਿਲਾਫ ਜ਼ਿਆਦਾ ਸਬੂਤ ਨਹੀਂ ਹੋਣਗੇ, ਲਾਰੈਂਸ ਇਸ ਕੇਸ ਦੇ ਵਿੱਚੋਂ ਬਚ ਜਾਏਗਾ, ਇਹ ਦੇਖਣਾ ਹੋਏਗਾ। ਪਰ ਬਲਕੌਰ ਸਿੰਘ ਕਹਿੰਦੇ ਨੇ ਕਿ ਆਪਣੇ ਪੁੱਤ ਦੇ ਇਨਸਾਫ ਦੀ ਲੜਾਈ ਉਹ ਤਗੜੇ ਹੋ ਕੇ ਲੜਨਗੇ।